ਮਿਰਗਸ਼ਾਲਾ ਢੋਲਕੀ ਤੇ ਤਬਲਾ ਬਣਾਇਆ ਜਾਂਦਾ। ਕਹਿੰਦੇ ਮਰ ਜਾਵੇ ਮਿਰਗ ਤਾਂ ਬਣਾਈ ਜਾਂਦੀ ਮਿਰਗਸ਼ਾਲਾ ਤੇ ਸਿੰਘ ਬਾਰਾਂ ਸਿੰਘੇ ਦਾ ਦਵਾਈਆਂ ਵਿੱਚ ਪਾਇਆ ਜਾਂਦਾ। ਕਹਿੰਦੇ ਮਰ ਜਾਵੇ ਹਾਥੀ ਉਹਦਾ ਮੁੱਲ 1.25 ਲੱਖ ਪੈਂਦਾ ਤੇ ਦੰਦਾਂ ਦਾ ਬਣਾ ਕੇ ਚੂੜਾ ਬੀਬੀਆਂ ਦੇ ਪਾਇਆ ਜਾਂਦਾ। ਮਰ ਜਾਵੇ ਸ਼ੇਰ ਤਾਂ ਨਹਾ ਕੇ ਉਹਦੀ ਖੱਲ ਕਹਿੰਦੇ ਸੰਤਾਂ ਮਹਾਤਮਾ ਲਈ ਆਸਣ ਵਿਛਾਇਆ ਜਾਂਦਾ। ਆਮ ਬੰਦੇ ਨੂੰ ਨਾ ਕੋਈ ਪੁੱਛੇ ਕਰਤਾਰ ਸਿੰਘਾਂ ਤੇ ਸਿਰਫ ਸੂਰਮਿਆਂ ਦਾ ਜਾਸੀ ਸਟੇਜਾਂ ਉੱਤੇ ਗਾਇਆ। ਇਹ ਸੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦੇ ਸੰਬੰਧ ਵਿੱਚ ਕੁਝ ਲੈਣਾ। ਪ੍ਰੋਗਰਾਮ ਨੂੰ ਥੋੜਾ ਜਿਹਾ ਤਬਦੀਲ ਕਰਨ ਜਾ ਰਹੇ ਹਾਂ। ਤੁਸੀਂ ਧਾਰਮਿਕ ਗੀਤ ਸੁਣਿਆ, ਉਸ ਤੋਂ ਅੱਗੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣਗੇ ਸ਼੍ਰੀ ਮਨਜੀਤ ਸੰਧੂ ਸਾਹਿਬ। ਉਹਨਾਂ ਦੇ ਇੱਥੇ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਾਬਾ ਜੀ ਹੋਰਾਂ ਦੇ ਇਸ ਪਵਿੱਤਰ ਅਸਥਾਨ ਤੇ ਬੈਠੇ ਸਾਰੇ ਆਦਰਯੋਗ ਬਜ਼ੁਰਗ ਨੌਜਵਾਨ ਦੋਸਤ ਛੋਟੇ ਬੱਚੇ ਤੇ ਭੈਣਾਂ ਨੂੰ ਬੇਨਤੀ ਕਰਾਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਬਾਬਾ ਜੀ ਦੇ ਨਾਂ ਦੀ ਇੱਕ ਜ਼ੋਰਦਾਰ ਤਾੜੀ ਮਾਰ ਦਿਓ, ਬੜੀ ਮਿਹਰਬਾਨੀ। ਕਿਆ ਬਾਤ ਆ, ਬੜੀ ਖੁਸ਼ੀ ਦੀ ਗੱਲ ਆ ਬਈ ਤਾੜੀ ਦੀ ਆਵਾਜ਼ ਬੇਸ਼ੱਕ ਘੱਟ ਆਈ, ਵੈਸੇ ਬਾਬਾ ਜੀ ਦੀ ਕਿਰਪਾ ਦਾ ਬਿਲਕੁਲ ਨੇੜਾ ਹੋਣ ਕਰਕੇ ਮੈਨੂੰ ਪਰਿਵਾਰ ਨਿਯੋਜਨ ਵਾਲਿਆਂ ਦਾ ਚੰਗਾ ਹੀ ਹੱਥ ਲੱਗਦਾ, ਬੱਚੇ ਬਿਲਕੁਲ ਘੱਟ ਆਏ। ਅਗਰ ਤੁਸੀਂ ਕਿਤੇ ਮੁਕਤਸਰ ਸਾਹਿਬ ਤੇ ਉਤਲੇ ਪਿੰਡਾਂ ਚਲੇ ਜਾਓ, ਉੱਥੇ ਜਵਾਕਾਂ ਦੇ ਗਰੇ ਲੱਗੇ ਪਏ, ਬੜੀ ਤਾੜੀ ਵਜਾਉਂਦੇ, ਢੇਰ ਹੀ ਵੱਜੇ ਪਏ। ਹਾਂ, ਇਹ ਮਜ਼ਾਕ ਦੀ ਗੱਲ ਨੀ ਹੈ ਜਾਂ ਹੱਸਣ ਵਾਲੀ ਗੱਲ ਨੀ, ਉਸ ਤੋਂ ਅੱਗੇ ਤੁਸੀਂ ਹੋਰ ਫਾਜ਼ਿਲਕਾ ਸਾਈਡ ਤੇ ਹੋ ਜਾਓ, ਓਹੋ ਉੱਥੇ ਤਾਂ ਕਈਆਂ ਭੈਣ ਭਰਾਵਾਂ ਤੇ ਬੱਚਿਆਂ ਵੱਲੋਂ ਪ੍ਰਮਾਤਮਾ ਦੀ ਇੰਨੀ ਕਿਰਪਾ, ਇੰਨੇ ਉਹਨਾਂ ਦੇ ਬੱਚੇ ਆ, ਰੋਲੀ ਕੋਈ ਹੋਰ ਜਾਂਦਾ, ਵਰਾਈ ਕਿਸੇ ਹੋਰ ਨੂੰ ਜਾਂਦਾ, ਕੰਮ ਉਹਨਾਂ ਦਾ ਵੀ ਚੱਲੀ ਜਾਂਦਾ। ਦੂਸਰੀ ਖੁਸ਼ੀ ਮੈਨੂੰ ਇਹ ਮਿਲੀ ਹੈ ਕਿ ਪਹਿਲੇ ਦਿਨ ਆ ਕੇ ਬਾਬਾ ਜੀ ਦੀ ਜਗ੍ਹਾ ਤੇ ਮੈਨੂੰ ਇਹ ਚੀਜ਼ ਦੇਖਣ ਨੂੰ ਮਿਲੀ ਹੈ ਕਿ ਮੇਰੇ ਸੱਜੇ ਹੱਥ ਮੇਰੀਆਂ ਬਹੁਤ ਹੀ ਸਤਿਕਾਰਯੋਗ ਭੈਣਾਂ ਬੜੀਆਂ ਅੰਤਰ ਧਿਆਨ ਹੋ ਕੇ, ਬੜੀਆਂ ਖਮੋਸ਼ ਹੋ ਕੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਇਹਨੂੰ ਦੇਖ ਰਹੀਆਂ। ਅੱਗੇ ਤੁਸੀਂ ਕਈ ਵਾਰ ਦੇਖਿਆ ਹੋਣਾ ਵੀ ਚਾਹੇ ਭੈਣਾਂ ਗੁਰਦੁਆਰਾ ਸਾਹਿਬ ਬੈਠੀਆਂ ਹੋਣ, ਚਾਹੇ ਕਿਤੇ ਵਧੀਆ ਸਤਸੰਗਤ ਚੱਲਦਾ ਹੋਵੇ ਤੇ ਚਾਹੇ ਕੋਈ ਸਾਧੂ ਸੰਤ ਉਪਦੇਸ਼ ਦੇ ਰਹੇ ਹੋਣ, ਇਹ ਨਾ ਚੁੱਪ ਕਰਕੇ ਬੈਠੀਆਂ, ਨਾਲ ਦੀ ਦਾ ਐਵੇਂ ਹੀ ਝੱਗਾ ਖਿੱਚੀ ਜਾਣਾ ਪੂਰੇ। ਹਾਂ ਲੈ, ਓ ਹਾਂ, ਕੰਤੋ ਦਾ ਪ੍ਰਾਹੁਣਾ ਬੈਠਾ ਹਰੀ ਪੱਗ ਵਾਲਾ, ਮੈਨੂੰ ਤਾਂ ਉਹਦੀ ਸਿਆਣ ਹੀ ਨਹੀਂ ਮਹਾਰਾਜ ਦੀ, ਨਾਲੇ ਹਾਂ ਸੂਟ ਤੇਰਾ ਕੀ ਪਾਇਆ, ਕਹਿਣਗੇ ਨਾ ਮੇਰੇ ਚ ਤਾਂ ਝਰਕੀਆਂ ਜਿਹੀਆਂ ਪੈ ਗਈਆਂ। ਇਹ ਹਾਲ ਮੇਰੇ ਘਰ ਵਾਲੀ ਦਾ, ਮੈਂ ਕਿਹਾ ਚਲੋ ਅਨਪੜ੍ਹ ਜ਼ਰੂਰ ਆ ਪਰ ਥੋੜਾ ਮੋਟਾ ਇਹਦਾ ਦਿਮਾਗ ਕੰਮ ਕਰਨ ਲੱਗ ਜੂ। ਮੈਂ ਮੁਹੰਮਦ ਸਦੀਕ ਸਾਹਿਬ ਹੋਰਾਂ ਨਾਲ ਹੁੰਦਾ ਸੀ, ਸਾਡੇ ਪਿੰਡ ਦੇ ਨੇੜੇ ਜੇ ਪ੍ਰੋਗਰਾਮ ਲੱਗਿਆ, ਮੈਂ ਕਿਹਾ ਥੋੜੀ ਜਿਹੀ ਐਕਟਿਵ ਹੋ ਜੂ, ਇਹਨੂੰ ਅਖਾੜਾ ਦਿਖਾ ਕੇ ਲਿਆਵਾਂ। ਜਿਸ ਵੇਲੇ ਅਸੀਂ ਉੱਥੇ ਪਹੁੰਚ ਗਏ, ਉਹਨੂੰ ਮੈਂ ਅੱਗੇ ਬਿਠਾ ਤਾ, ਆਪ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ। ਮੁਹੰਮਦ ਸਦੀਕ ਸਾਹਿਬ ਔਰ ਬੀਬਾ ਰਣਜੀਤ ਕੌਰ ਜੀ ਹੋਰਾਂ ਨੇ ਇੱਕ ਦਗਾਣਾ ਗਾਇਆ, ਕਹਿੰਦੇ ਉਹ ਹਨੇਰੀਆਂ ਜਾਂ ਹਨੇਰੀਆਂ ਵੇ ਮੁੰਡਿਆਂ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੇ। ਉਸ ਤੋਂ ਬਾਅਦ ਗੀਤ ਗਾਏ ਗਏ, ਦਗਾਣੇ ਗਾਏ ਗਏ, ਬੋਲੀਆਂ ਪੈ ਗਈਆਂ ਸੀ ਘਰੇ ਆਏ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕਰਮਾ ਵਾਲੀਏ ਤੇਰੇ ਕੋਈ ਸਮਝ ਚ ਆਇਆ? ਕਹਿੰਦੀ ਮੈਨੂੰ ਪੂਰੀ ਸਮਝ ਆਈ। ਮੈਂ ਕਿਹਾ ਜਿਹੜਾ ਉਹਨਾਂ ਨੇ ਦਗਾਣਾ ਗਾਇਆ ਸੀ, ਉਹ ਹਨੇਰੀਆਂ ਜਾਂ ਹਨੇਰੀਆਂ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ, ਇਹਦੇ ਸੰਬੰਧ ਚ ਮੈਨੂੰ ਦੱਸ ਵੀ ਇਹਦਾ ਮਤਲਬ ਕੀ ਸੀ? ਕਹਿੰਦੀ ਹਾਂ, ਉਹ ਮੌਸਮ ਦੇ ਬਾਰੇ ਗੱਲਾਂ ਕਰਦੇ ਸੀ, ਕਹਿੰਦੇ ਸੀ ਹਨੇਰੀਆਂ ਆਉਣਗੀਆਂ ਤੇ ਮੀਂਹ ਵੀ ਬਹੁਤ ਆਉਣਾ ਤੇ ਚੱਕ ਕੇ ਪਾਥੀਆਂ ਪੋਥੀਆਂ ਅੰਦਰ ਕਰਨਾ। ਹਾਂ, ਮੈਂ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੂੰਗਾ। ਮੈਂ ਬੇਨਤੀ ਕਰਾਂ ਮੈਕ ਤੇ ਆਉਣ ਵਾਸਤੇ ਅੱਜ ਦੇ ਮੁੱਖ ਕਲਾਕਾਰ, ਜਿਨ੍ਹਾਂ ਦੇ ਵਿੱਚੋਂ ਚੋਰੀ ਦਾ ਗੁੜ ਪੀ ਕੇ ਬੈਠੀ ਦਾ ਚੰਨਾ ਮੇਰਾ ਚਿੱਤ ਕਰਦਾ ਛੱਡ, ਚੰਦਰੀ ਦਾਰੂ ਤੇਰੀ ਰਹੂ ਬਣ ਕੇ ਹੱਕ ਦਾ ਤਵੀਰ ਸੁਪਰੈਂਟ ਦਾ ਖਾੜਾ ਖਾੜਾ ਮੁੰਡੇ ਸਾਡੇ ਪਿੰਡਾਂ ਦੇ ਮੁੰਡੇ ਹਾਣ ਦਿਓ, ਔਰ ਜੋ ਅੱਜ ਕੱਲ੍ਹ ਇਹਨਾਂ ਦੀ ਮਾਰਕੀਟ ਦੇ ਵਿੱਚ ਮੱਲਾ ਮਾਰ ਰਹੀ ਹੈ ਬਹੁਤ ਹੀ ਵਧੀਆ ਕੈਸਟ, ਗੱਭਰੂ ਪੰਜਾਬ ਵਰਗੇ, ਉਹਦੇ ਵਿੱਚੋਂ ਵੀ ਦਗਾਣੇ ਤੁਹਾਡੀ ਸੇਵਾ ਦੇ ਵਿੱਚ ਇਹ ਜ਼ਰੂਰ ਸਾਉਣਗੇ। ਟੀਵੀ ਰਾਹੀਂ ਵੀ ਤੁਸੀਂ ਇਹਨਾਂ ਨੂੰ ਬਹੁਤ ਵਾਰ ਦੇਖਿਆ, ਔਰ ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਇੱਥੇ ਪਹੁੰਚ ਕੇ ਮੈਕ ਤੇ ਉਹ ਬਾਬਾ ਜੀ ਦੀ ਇਸ ਜਗ੍ਹਾ ਤੇ ਆਏ ਸਾਰੇ ਆਦਰਯੋਗ ਬਜ਼ੁਰਗ ਨੌਜਵਾਨ ਦੋਸਤ ਛੋਟੇ ਬੱਚੇ ਔਰ ਮੇਰੀਆਂ ਸਤਿਕਾਰਯੋਗ ਭੈਣਾਂ ਦਾ ਧੰਨਵਾਦ ਵੀ ਕਰਨ ਇੱਥੇ ਔਰ ਤੇ ਉਹਨਾਂ ਨੂੰ ਜੀ ਆਇਆਂ ਵੀ ਕਹਿਣ ਸਾਡੀ ਪਾਰਟੀ ਵੱਲੋਂ, ਔਰ ਆਪਣੇ ਵੱਲੋਂ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਨ ਸ਼੍ਰੀ ਮਨਜੀਤ ਸੰਧੂ। ਹਾਂਜੀ, ਹੈਲੋ, ਸ਼ਾਹੇ ਸ਼ਹਿਨਸ਼ਾਹ ਬਾਬਾ ਕਾਲਾ ਮਹਿਰ ਜੀ ਦੀ ਯਾਦ ਵਿੱਚ ਮਨਾਏ ਜਾ ਰਹੇ ਇਸ ਸੱਭਿਆਚਾਰਕ ਮੇਲੇ ਵਿੱਚ ਆਏ ਹੋਏ ਸਤਿਕਾਰਯੋਗ ਬਜ਼ੁਰਗੋ, ਮਾਤਾ ਜੀਓ, ਭੈਣੋ, ਭਰਾਵੋ, ਪਿਆਰੇ ਦੋਸਤੋ, ਪਿਆਰੇ ਬੱਚਿਓ, ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ, ਨਮਸਕਾਰ, ਅਦਬਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਹੀ ਧੰਨਵਾਦੀ ਹਾਂ ਇਸ ਮੇਲਾ ਕਮੇਟੀ ਦਾ, ਖਾਸ ਕਰਕੇ ਮੇਰੇ ਵੀਰ ਸਰਦਾਰ ਗੁਰਚਰਨ ਸਿੰਘ, ਸਰਦਾਰ ਵੀਰਪਾਲ ਸਿੰਘ, ਸਰਦਾਰ ਬਲਵੀਰ ਸਿੰਘ, ਸਰਦਾਰ ਰਣਜੀਤ ਸਿੰਘ,
सरदार इकबाल सिंह होर जिन्होंने सानू इत्थे बुला के तुहाडे इन्नियां महान शख्सियतां दे दर्शन कराए, इलाका निवासियों के दर्शन कराए और गीतां राहीं सेवा करन दा मौका दिता। आपां बहुत तरह के समय देखे है, अज फिर सानू अपने सभ्याचारक विरसे की लोड़ महसूस हो रही है। सानू इस गल की बहुत खुशी है, साड़ियां धीआं भैणां मावां विच बैठ के प्रोग्राम देखण लगी हैं, असीं इन्हां नूं मौका देण लगे हैं, इस गल की सानू बहुत खुशी है। साडा प्रोग्राम तकरीबन इस तरह का हुंदा है, घरेलू कहानियां ते आधारित असीं गीत गाउंदे हां, जिन्हां नूं सुण के तुहानूं जां सानूं कदे वी कोई शर्म ना आवे, इस तरह के गीत पेश करन दी कोशिश करदे हां। ਹੰਡਾਵਣ ਜਰੀਆਂ ਪੂਰਾ ਕਦੇ ਸ਼ਿਕਾਰ ਨਾ ਹੋਵੇ, ਜੇ ਗਲ ਲਾਲਾ ਦਾ ਹਾਰ ਨਾ ਹੋਵੇ, ਮੈਂ ਇਕੱਲਾ ਕਹਿੰਦਾ ਸਾਰਾ ਜੱਗ ਆਖਦਾ ਜੱਟ ਨੂੰ ਪਿਆਰਾ ਨਹੀਂ ਨਾ ਹਾਰ ਸਕਦਾ, ਕਹਿੰਦਾ ਸਾਰਾ ਜੱਟ ਨੂੰ ਪਿਆਰਾ ਨਹੀਂ ਨਾ ਸਕਦਾ, ਪੱਕਦਾ ਨੀ ਨੇਵਾ ਆਈ ਰੁੱਤ ਤੋਂ ਬਿਨਾ, ਮਾਨ ਮੁੱਲ ਪੈਂਦਾ ਨਹੀਂ ਉਹ ਸੁੱਤ ਤੋਂ ਬਿਨਾ, ਮਾਨ ਮੁੱਲ ਪੈਂਦਾ ਨਹੀਂ ਉਹ ਸੁੱਤ ਤੋਂ ਬਿਨਾ, ਮਾਨ ਮੁੱਲ ਪੈਂਦਾ ਨਹੀਂ ਉਹ ਸੁੱਤ ਤੋਂ ਬਿਨਾ। ਪੈਰ ਝਾਂਜਰਾਂ ਦੇ ਬੋਰਾਂ ਤੋਂ ਬਿਨਾ, ਮੇਲਾ ਨੀ ਸ਼ਰਾਬ ਤੋਂ ਬਿਨਾ, ਜਿਵੇਂ ਗੁਲਕੰਦ ਨੀ ਗੁਲਾਬ ਤੋਂ।
ਤੈਨੂੰ ਪਿਆਰਾ ਨਹੀਂ ਨਾ ਹਰ ਸਕਦਾ ਮੈਂ ਵੀ ਕੱਲਾ ਕਹਿੰਦਾ ਸਾਰਾ ਹੱਕ ਆਖਦਾ ਜੱਟ ਨੂੰ ਪਿਆਰਾ ਨਹੀਂ ਨਾ ਹਰ ਸਕਦਾ ਮੈਂ ਵੀ ਕੱਲਾ ਕਹਿੰਦਾ ਸਾਰਾ ਹੱਕ ਆਖਦਾ ਜੱਟ ਨੂੰ ਪਿਆਰਾ ਨਹੀਂ ਨਾ ਹਰ ਸਕਦਾ ਬੱਟਾ ਨਹੀਂ ਮੇਵਾ ਆਈ ਰੁੱਤ ਤੋਂ ਬਿਨਾ निकिया निकिया कुड़िया नी मां We'll be right back.
बीबा कुलवंत कौर जिन्होंने अपनी बहुत ही सुरीली आवाज के नाल तुहाडी सेवा दे विच एक लड़की दे बचपन तो लैके जवान हो जाने तक दियां सदरां दा चावां दा वर्णन किया गया बस अड्डे ते खड़ी हां ते ओ इत्थे अखाड़ा देखी जांदा जां तां 5-7 मिंटां तों पहलां पहलां आ जे ते नहीं मैं किसे होर नाल चली जाऊंगी। हां बाई जी मेहरबानी करके अगर किसे वीर दे कोल खड़ा होवे ਉਹਨੂੰ ਜਰੂਰ ਬੇਨਤੀ ਕਰੇ ਉਹਨੂੰ ਘਰੇ ਬੁਲਾਇਆ ਗਿਆ ਬੜੀ ਮਿਹਰਬਾਨੀ ਲੈ ਆਓ ਤੁਹਾਡੇ ਸਮੇਂ ਨੂੰ ਕੀਮਤੀ ਸਮੇਂ ਨੂੰ ਨਿਗਾਹ ਦੇ ਵਿੱਚ ਰੱਖਦੇ ਹੋਏ ਦੁਕਾਨਿਆਂ ਦਾ ਦੌਰ ਸ਼ੁਰੂ ਕਰੀਏ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਮਨਜੀਤ ਸੰਧੂ ਸਾਹਿਬ ਹੋਰਾਂ ਦੀ ਆਵਾਜ਼ ਦਰਦਾਰ ਸੰਧੂ ਹੋਰਾਂ ਨਾਲ ਮੇਲ ਖਾਂਦੀ ਹੈ ਉਹਨਾਂ ਵਰਗਾ ਲਿਖਦੇ ਨੇ ਉਹਨਾਂ ਵਰਗਾ ਗਾਉਂਦੇ ਨੇ ਤੇ ਲਓ ਲਗਾਤਾਰ ਦੁਗਾਣੇ ਲੈ ਕੇ ਪਰਿਵਾਰਕ ਦੁਗਾਣੇ ਲੈ ਕੇ ਤੁਹਾਡੇ ਸਾਰਿਆਂ ਦੇ ਇਕੱਠਿਆਂ ਬੈਠ ਕੇ ਸੁਣਨ ਵਾਲੇ ਦੁਗਾਣੇ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣ ਵਾਲੇ ਨੇ ਸ੍ਰੀ ਮਨਜੀਤ ਸੰਧੂ ਬੀਬਾ ਕੁਲਵੰਤ ਕੌਰ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਬੜੀ ਮਿਹਰਬਾਨੀ। ਹਾਂ ਹਾਂ ਆਓ ਲਓ ਜੀ ਤੁਹਾਡੇ ਵਿੱਚੋਂ ਭਲਾ ਕੋਈ ਸੰਧੂ ਹੈ ਭਲਾ ਨਹੀਂ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਤੁਸੀਂ ਸਾਰੇ ਇਲਾਕਿਆਂ ਵਾਸੀ ਭੈਣ ਭਰਾ ਮਿਲ ਕੇ ਇਹ ਮੇਲੇ ਨੂੰ ਮਨਾਉਂਦੇ ਆ ਮੈਂ ਦੇਖਿਆ ਨੌਜਵਾਨਾਂ ਦੀ ਬੜੀ ਵਧੀਆ ਫੋਰਸ ਐਕਟਿਵ ਨੇ ਉਹ ਸਾਰੇ ਮੇਲੇ ਨੂੰ ਕੰਟਰੋਲ ਕਰ ਰਹੇ ਨੇ ਔਰ ਸਾਡੇ ਵੀਰ ਪੁਲਿਸ ਦੇ ਨੌਜਵਾਨ ਵੀ ਇੱਥੇ ਬੁਲਾਏ ਹੋਏ ਆ ਮੇਲੇ ਨੂੰ ਕੰਟਰੋਲ ਕਰਨ ਵਾਸਤੇ ਵੈਸੇ ਲੋਕ ਆਪ ਵੀ ਬਹੁਤ ਸਿਆਣੇ ਆ ਮੇਰਾ ਖਿਆਲ ਪ੍ਰੋਗਰਾਮ ਵਧੀਆ ਤਰੀਕੇ ਨਾਲ ਸੁਣਨਗੇ ਲੋ ਤੁਹਾਡੇ ਤੋਂ ਪਿਆਰ ਤੇ ਹੁੰਗਾਰੇ ਦੀ ਉਮੀਦ ਰੱਖਦੇ ਹੋਏ ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ ਦੁਕਾਨਾਂ ਗਾਉਣ ਲੱਗੇ ਹਾਂ ਦੋ ਨੌਜਵਾਨ ਦਿਲਾਂ ਦੇ ਮੇਲ ਦੀ ਗੱਲ ਮਿਲਣ ਦਾ ਤਰੀਕਾ ਆਪੋ ਆਪਣਾ ਕੋਈ ਜਾਇਜ਼ ਤਰੀਕੇ ਨਾਲ ਮਿਲਦਾ ਕੋਈ ਨਜਾਇਜ਼ ਤਰੀਕੇ ਨਾਲ ਮਿਲਦਾ ਸਾਡੀ ਪਿੱਛੇ ਜੇ ਆਏ ਹੋਏ ਗੈਸਟ ਮੁੰਡਿਓ ਹਾਣ ਦਿਓ ਉਹਦੇ ਵਿੱਚ ਪੇਸ਼ ਕਰਦੇ ਮੈਂ ਤੇ ਵੀ ਬਕਲਵੰਤ ਕੌਰ ਮਾਣੀ ਹੀ ਤਾਂ ਮਨ ਵੀਰ ਚ ਪੈ ਗਈ ਖੱਟੀ
ਚੁੱਗਾ ਤਾਈਓ ਤਾਂ ਕਰਦਾ ਕਾਲੀ ਨੀ ਸਾਡੇ ਪਿੰਡ ਸੁੱਖਣ ਵਾਲੇ ਵਿੱਚ ਮੇਰੀ ਚਰਚਾ ਹੁੰਦੀ ਵਾਲੀ ਨੀ ਕੋਈ ਸੋਹਣੀ ਚੀਜ਼ ਲਿਆਊਗਾ ਤਾਈਓ ਤਾਂ ਕਰਦਾ ਕਾਲੀ ਨੀ ਸੱਚ ਕਰਦੇ ਸੁਪਨੇ ਲੋਕਾਂ ਦੇ ਭਾਵੇਂ ਸਾਤੇ ਆਨੰਦ ਬੜਾ ਲਾ ਨੀ ਤੈਨੂੰ ਬਿਨਾਂ ਦਾਜ ਤੋਂ ਤੈਨੂੰ ਬਿਨਾਂ ਦਾਜ ਤੋਂ ਵਹਿ ਲਊਗਾ ਕਰਦਿਆਂ ਤੋਂ ਹਾਂ ਕਰਵਾ ਲਾ ਨੀ ਤੈਨੂੰ ਬਿਨਾਂ ਦਾਜ ਤੋਂ ਤੂੰ ਵਿਆਹ ਲਊਗਾ ਕਰਦਿਆਂ ਤੋਂ ਹਾਂ ਕਰਵਾ ਲਾ ਨੀ ਤੈਨੂੰ ਬਿਨਾਂ ਦਾਜ ਤੋਂ